ਲਾਟ ਅਤੇ ਬਲਨ ਕਿਰਿਆ ਜਿਹੜੇ ਪਦਾਰਥ ਹਵਾ ਦੀ ਹੋਂਦ ਵਿੱਚ ਬਲਦੇ ਹਨ ਉਹਨਾਂ ਪਦਾਰਥਾਂ ਨੂੰ ਬਲਨਸ਼ੀਲ ਪਦਾਰਥ ਕਹਿੰਦੇ ਹਨ। ਸਾਰੀਆਂ ਵਸਤਾਂ ਨੂੰ ਬਲਨ ਲਈ ਆਕਸੀਜਨ ਦੀ ਲੋੜ ਹੁੰਦੀ ਹੈ। ਬਲਨ ਕਿਰਿਆ ਦੌਰਾਨ ਤਾਪ ਤੇ ਪ੍ਰਕਾਸ਼ ਨਿਕਲਦਾ ਹੈ। ਜਿਸ ਤਾਪਮਾਨ ਤੇ ਕੋਈ ਵਸਤੂ ਬਲਣਾ ਸ਼ੁਰੂ ਕਰਦੀ ਹੈ ਤਾਂ ਉਸ ਨੂੰ ਉਸ ਵਸਤੂ ਦਾ ਪ੍ਰਜਲਨ ਤਾਪਮਾਨ ਕਹਿੰਦੇ ਹਨ। ਆਓ ਬੱਚਿਓ, ਹੁਣ ਅਸੀਂ ਸਿੱਖਾਂਗੇ ਅੱਗ ਤੇ ਕਾਬੂ ਪਾਉਣਾ। ਅੱਗ ਤੇ ਕਾਬੂ ਪਾਉਣ ਲਈ ਆਕਸੀਜਨ ਸਪਲਾਈ ਬੰਦ ਕਰਨੀ ਚਾਹੀਦੀ ਹੈ। ਪਾਣੀ ਪਾ ਕੇ ਪ੍ਰਜਲਨ ਤਾਪਮਾਨ ਘਟਾਉਣਾ ਚਾਹੀਦਾ ਹੈ ਜਾਂ ਬਲਨਸ਼ੀਲ ਵਸਤੂਆਂ ਨੂੰ ਪਰੇ ਕਰ ਦੇਣਾ ਚਾਹੀਦਾ ਹੈ। ਮੁੱਖ ਰੂਪ ਵਿੱਚ ਅੱਗ ਬੁਝਾਉਣ ਲਈ ਪਾਣੀ ਅਤੇ ਕਾਰਬਨ ਡਾਈਆਕਸਾਈਡ ਦੀ ਵਰਤੋਂ ਹੁੰਦੀ ਹੈ। ਬਿਜਲੀ ਯੰਤਰਾਂ ਜਾਂ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗਣ ਦੀ ਸੂਰਤ ਵਿੱਚ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਪਿਆਰੇ ਬੱਚਿਓ, ਹੁਣ ਅਸੀਂ ਬਾਲਣ ਬਾਰੇ ਪੜਾਂਗੇ। ਤੀਬਰ ਬਲਨ, ਜਦੋਂ ਅੱਗ ਤੇਜ਼ੀ ਨਾਲ ਬਲਣ ਲੱਗ ਪੈਂਦੀ ਹੈ ਤੇ ਗਰਮੀ ਅਤੇ ਪ੍ਰਕਾਸ਼ ਪੈਦਾ ਕਰਦੀ ਹੈ, ਇਸ ਕਿਸਮ ਦਾ ਬਲਣਾ ਤੀਬਰ ਬਲਨ ਅਖਵਾਉਂਦਾ ਹੈ। ਸੁੱਤੇ ਸਿੱਧ ਬਲਨ, ਜਦੋਂ ਬਾਲਣ ਬਿਨਾਂ ਕਿਸੇ ਪ੍ਰਥਕ ਕਾਰਨਾਂ ਦੇ ਅਚਾਨਕ ਲਪਟਾਂ ਦੇ ਨਾਲ ਬਲ ਪੈਂਦਾ ਹੈ ਤਾਂ ਸੁੱਤੇ ਸਿੱਧ ਬਲਨ ਅਖਵਾਉਂਦਾ ਹੈ। ਵਿਸਫੋਟ, ਜਦੋਂ ਬਲਨ ਪ੍ਰਕਿਰਿਆ ਅਚਾਨਕ ਹੋਣ ਨਾਲ ਗਰਮੀ, ਪ੍ਰਕਾਸ਼ ਅਤੇ ਆਵਾਜ਼ ਪੈਦਾ ਹੁੰਦੀ ਹੈ ਅਤੇ ਇਸ ਪ੍ਰਤੀਕ੍ਰਿਆ ਵਿੱਚ ਬਣੀ ਗੈਸ ਜ਼ਿਆਦਾ ਮਾਤਰਾ ਵਿੱਚ ਨਿਕਲਦੀ ਹੈ, ਇਸ ਤਰ੍ਹਾਂ ਦੀ ਪ੍ਰਤੀਕ੍ਰਿਆ ਵਿਸਫੋਟ ਅਖਵਾਉਂਦੀ ਹੈ। ਬੱਚਿਓ, ਕੀ ਤੁਸੀਂ ਜਾਣਦੇ ਹੋ ਵੱਖ ਵੱਖ ਬਾਲਣਾਂ ਦਾ ਕੈਲੋਰੀ ਮੁੱਲ ਵੀ ਵੱਖ ਵੱਖ ਹੁੰਦਾ ਹੈ? ਲਾਟ ਦੇ ਖੇਤਰ, ਲਾਟ ਦੇ ਤਿੰਨ ਮੁੱਖ ਖੇਤਰ ਹਨ, ਅੰਦਰੂਨੀ ਭਾਗ, ਦੀਪਕ ਭਾਗ, ਅਦੀਪਕ ਭਾਗ। ਹੁਣ ਅਸੀਂ ਆਦਰਸ਼ ਬਾਲਣ ਦੀ ਵਿਸ਼ੇਸ਼ਤਾਵਾਂ ਬਾਰੇ ਪੜਾਂਗੇ। ਪਹਿਲਾ, ਇਹ ਸਸਤਾ ਹੋਣਾ ਚਾਹੀਦਾ ਹੈ। ਦੂਸਰਾ, ਇਹ ਆਸਾਨੀ ਨਾਲ ਮਿਲਣ ਵਾਲਾ ਹੋਣਾ ਚਾਹੀਦਾ ਹੈ। ਤੀਸਰਾ, ਇਹ ਤੇਜ਼ੀ ਨਾਲ ਬਲਣ ਵਾਲਾ ਹੋਣਾ ਚਾਹੀਦਾ ਹੈ ਅਤੇ ਪ੍ਰਦੂਸ਼ਣ ਰਹਿਤ ਹੋਣਾ ਚਾਹੀਦਾ ਹੈ। ਇਹ ਘੱਟ ਜਗ੍ਹਾ ਵਿੱਚ ਸਟੋਰ ਹੋਣ ਵਾਲਾ ਹੋਣਾ ਚਾਹੀਦਾ ਹੈ ਅਤੇ ਇਸ ਦੇ ਬਲਣ ਤੇ ਕੋਈ ਫਾਲਤੂ ਪਦਾਰਥ ਨਾ ਬਚੇ। ਕਿਸੇ 1 ਗ੍ਰਾਮ ਬਾਲਣ ਦੇ ਬਲਣ ਤੇ ਜਿੰਨਾ ਤਾਪ ਉਤਪੰਨ ਹੁੰਦਾ ਹੈ ਉਸ ਨੂੰ ਬਾਲਣ ਦਾ ਤਾਪ ਮੁੱਲ ਕਿਹਾ ਜਾਂਦਾ ਹੈ। ਅਤੇ 1 ਆਦਰਸ਼ ਬਾਲਣ ਦਾ ਤਾਪ ਮੁੱਲ ਉੱਚਾ ਹੋਣਾ ਚਾਹੀਦਾ ਹੈ। ਬਾਲਣ ਦੀ ਆਕਸੀਜਨ ਦੀ ਘੱਟ ਮੌਜੂਦਗੀ ਵਿੱਚ ਪੂਰੀ ਆਕਸੀਕਰਨ ਕਿਰਿਆ ਨਹੀਂ ਹੁੰਦੀ, ਜਿਸ ਨਾਲ ਕਾਰਬਨ ਮੋਨੋਆਕਸਾਈਡ ਗੈਸ ਨਿਕਲਦੀ ਹੈ
जो कि एक जहरीली गैस है। इस तो इलावा कार्बन डाइऑक्साइड वर्गिया गैसा वायुमंडल का तापमान बढ़ाउंदियां हन, जिसनों ग्लोबल वार्मिंग कहा जाता है। प्यार करता कमलजीत सिंह, साइंस मास्टर, सरकारी हाई स्कूल मदीर, श्री मुक्तसर साहिब। आवाज श्रीमती मितिका मित्तल, कंप्यूटर अध्यापिका, सरकारी हाई स्कूल मदीर, श्री मुक्तसर साहिब।